ਅਸਰ ਹੈ ਕਿ ਸਿੱਧੂ ਸਾਹਿਬ ਨੂੰ ਬਣਾਉਣ ਜਾਂ ਜਿੰਨੂੰ ਬਣਾਉਣ ਉਹਨਾਂ ਦਾ ਆਂਤਰੀਕ ਮਸਲਾ ਹੈ ਕਿਨੂੰ ਬਣਾਣਾ ਹੈ ਕੀ ਨਹੀਂ ਕਰਨਾ ਲੇਕਿਨ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਮੰਗ ਸੀ ਦਲਿਤ ਮੁੱਖ ਮੰਤਰੀ ਦੀ ਸੱਤ ਦਸ਼ਕ ਬਾਅਦ ਹੀ ਸਹੀ ਦੁਰਸਤ ਹੋਤੇ ਹੋਏ ਚਾਹੇ ਦੇਰ ਨਾਲ ਹੀ ਸਹੀ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਟਾਈਮ ਤੋਂ ਜਿਹੜੇ ਵਾਅਦੇ ਕੀਤੇ ਸੀ ਉਹ ਪੂਰੇ ਕਰਨੇ ਪੈਣਗੇ। ਲੇਕਿਨ ਦੁਰਭਾਗਿਆ ਹੈ ਹਜੇ ਮੁੱਖ ਮੰਤਰੀ ਸਾਹਮਣੇ ਸੌ ਨਹੀਂ ਚੁੱਕੀ ਜਾਖੜ ਸਾਹਿਬ ਦਾ ਬਿਆਨ ਆ ਗਿਆ। ਕਿ ਰੀਸ਼ਲਾਵਤ ਜੀ ਕਹਿੰਦੇ ਲੀਡਰਸ਼ਿਪ ਹੋਈ ਗਈ ਸਿੱਧੂ ਦੀ 90 ਦਿਨਾਂ ਬਾਅਦ ਮੰਨਿਆ ਤੁਹਾਡੀ ਸਰਕਾਰ ਨਹੀਂ ਆਣੀ ਲੇਕਿਨ ਜਿਸ ਸਾਹਨੀ ਨੂੰ ਮੁੱਖ ਮੰਤਰੀ ਬਣਾਇਆ ਜਾਏ ਹਜੇ ਤੇ ਮਹਿੰਦੀ ਨਹੀਂ ਲੱਤੀ ਹੱਥਾਂ ਦੀ ਤੇ ਤੁਸੀਂ ਕਹਿੰਦੇ ਬਾਏ ਬਾਏ ਅਗਲਾ ਚੋਣਾਂ ਸਿੱਧੂ ਦੇ ਨੇਤਪਤਵ ਮੇ ਲੜਾਂਗੇ। दलित ਭਾਈਚਾਰੇ ਦਾ અપમાન ਕਰਨਾ ਚਾਹੁੰਦੇ ਹੋ ਸੱਤ ਦਸ਼ਕ ਪੰਜਾਬ ਦੇ Dalit ਨੂੰ ਤੁਸੀਂ ਦਬਾ ਕੇ ਰੱਖਿਆ ਅੱਜ ਜੇ ਵਕਤ ਆਇਆ ਤਾਂ ਉਸ Dalit ਭਾਈਚਾਰੇ ਦਾ અપમાન ਕੀਤਾ ਜਾ ਰਿਹਾ ਹੈ ਦਰਵਾਕਿਏਪੁਰ ਨੂੰ ਨਾ ਕਾਂਗਰਸ ਨੂੰ ਬਹੁਤ ਮਹਿੰਗਾ ਪਵੇਗਾ ਨਵਜੋਤ ਸਿੰਘ ਸਿੱਧੂ ਨੂੰ ਬਹੁਤ ਮਹਿੰਗਾ ਪਵੇਗਾ ਹਾਲਾਤ ਕੀ ਪੰਜਾਬ ਦੇ ਕਿ ਪੰਜਾਬ ਦੇ ਅੰਦਰ ਅੱਜ ਸੈਂਟਰ ਪੁਆਇੰਟ ਕੌਣ ਹੈ ਕਾਂਗਰਸ ਨਹੀਂ ਸੋਨੀਆ ਗਾਂਧੀ ਨਹੀਂ ਰਾਹੁਲ ਗਾਂਧੀ ਨਹੀਂ ਭਲੇਖਾ ਉਹਨਾਂ ਨੂੰ ਅੱਜ ਸੈਂਟਰ ਪੁਆਇੰਟ ਪੰਜਾਬ ਦਾ ਕੌਣ ਪਾਕਿਸਤਾਨ ਦੇ ਨੇੜੇ ਕੌਣ ਆਈਐਸਆਈ ਦੇ ਨੇੜੇ ਕੌਣ ਤਸਕਰੀ ਕਰਾਂਦਾ ਰਿਹਾ ਕਿੱਥੇ ਚਲੀ ਗਈ ਪੰਜਾਬ ਦੀ ਕਾਂਗਰਸ ਬਾਰਡਰ ਸਟੇਟ ਹੈ ਆਂਤਰਿਕ ਸੁਰੱਖਿਆ ਬਾਹਰੀ ਸੁਰੱਖਿਆ ਨੂੰ ਖਤਰਾ ਪੈਦਾ ਕੌਣ ਕਰ ਰਿਹਾ ਅੱਜ ਕਾਂਗਰਸ ਦੀ ਲੀਡਰਸ਼ਿਪ ਕਰ ਰਹੀ ਹੈ ਮੁਹੰਮਦ ਮੁਸਤਫਾ ਦੇ ਬਿਆਨ ਕੋ ਕੈਸੇ ਦੇਖ ਅਰੇ ਮੈਂ ਤਾਂ ਸਮਝ ਰਹਾ ਹਾਂ ਕਿ ਕਿਉਂ ਨਹੀਂ ਬਤਾਣਾ ਚਾਹਤੇ ਕਿਉਂ ਨਹੀਂ ਦੱਸਣਾ ਚਾਹੁੰਦੇ ਮਸਤਵਾ ਸਾਹਿਬ ਦੱਸੋ ਨਾ ਤੁਹਾੜ ਕੋ ਕੜੇ ਰਾਜ ਨੇ ਰਾਜ ਜਨਤਾ ਚ ਆਨੇ ਚਾਹੀਦੇ ਰਾਜ ਖੁੱਲਨੇ ਚਾਹੀਦੇ ਰਾਜ ਦਿਸਨੇ ਚਾਹੀਦੇ ਆ ਕੌਣ ਲੋਕ ਪੰਜਾਬ ਦੀ ਸ਼ਾਂਤੀ ਨੂੰ ਖਤਰਾ ਹੈ ਉਹਨਾਂ ਦਾ ਪਰਦਾ ਹਟਣਾ ਚਾਹੀਦਾ ਲੇਕਿਨ ਜਿਸ ਤਰੀਕੇ ਸੇ ਕੈਪਟਨ ਅਮਰਿੰਦਰ ਸਿੰਘ ਅਬ ਬਾਹਰ ਹੋ ਗਏ ਹੈ ਕਈ ਨਾ ਕਈ ਨਾਰਾਜ਼ ਵੀ ਹੈ ਬੀਜੇਪੀ ਮੇ ਆਏਗੇ ਤੋ ਸਵਾਗਤ ਕਰੇਗਾ ਭਾਈ ਸਾਹਿਬ ਅੱਜ ਤੇ ਸੋਚ ਚੁੱਕ ਲੈਂਦੇ ਹੋ ਸੋਚ ਚੁੱਕ ਲੈਂਦੇ ਹੋ ਔਰ ਪੰਜਾਬ ਦੇ ਵਿੱਚ ਹਾਲਾਤ ਕੀ ਸਾਰੀ ਦੀ ਸਾਰੀ ਕਾਂਗਰਸ ਨਿਰਾਸ਼ ਅਤਾਸ਼ ਸਿੱਧੂ ਨੂੰ ਪੁੱਛੋ ਨਾਰਾਜ ਹੈ ਰੰਦਾਵਾ ਨਾਰਾਜ ਹੈ ਬਾਜਵਾਜ਼ ਨਾਰਾਜ ਹੈ ਟੋਟਲ ਕਾਂਗਰਸ ਨਾਰਾਜ ਐਸ ਤਰ੍ਹਾਂ ਕਿ ਸਿੱਧੂ ਸਾਹਿਬ ਨੂੰ ਬਣਾਉਣ ਜਾਂ ਜਿੰਨੂੰ ਬਣਾਉਣ ਉਹਨਾਂ ਦਾ ਆਂਤਰੀਕ ਮਸਲਾ ਹੈ ਕਿਨੂੰ ਬਣਾਣਾ ਹੈ ਕੀ ਨਹੀਂ ਕਰਨਾ ਲੇਕਿਨ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਮੰਗ ਸੀ Dalit ਮੁੱਖ ਮੰਤਰੀ ਦੀ 7 ਦਸ਼ਕ ਬਾਅਦ ਹੀ ਸਹੀ ਦੁਰਸਤ ਹੋਏ ਚਾਹੇ देर ਨਾਲ ਹੀ ਸਹੀ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਟਾਈਮ ਤੋਂ ਜਿਹੜੇ ਵਾਅਦੇ ਕੀਤੇ ਸੀ ਉਹ ਪੂਰੇ ਕਰਨੇ ਪੈਣਗੇ। ਲੇਕਿਨ ਦੁਰਭਾਗਿਆ ਹੈ ਹਜੇ ਮੁੱਖ ਮੰਤਰੀ ਸਾਹਿਬ ਨੇ ਸੋ ਨਹੀਂ ਚੁੱਕੀ ਜਾਕਰ ਸਾਹਿਬ ਦਾ ਬਿਆਨ ਆ ਗਿਆ। ਕਿ ਰੀਸ਼ ਲਾਵਤ ਜੀ ਕਹਿੰਦੇ ਲੀਡਰਸ਼ਿਪ ਹੋਈ ਗਈ ਸਿੱਧੂ ਦੀ 90 ਦਿਨਾਂ ਬਾਅਦ ਮੰਨਿਆ ਤੁਹਾਡੀ ਸਰਕਾਰ ਨਹੀਂ ਆਣੀ ਲੇਕਿਨ ਜਿਸ ਸਾਥੀ ਨੂੰ ਮੁੱਖ ਮੰਤਰੀ ਬਣਾਇਆ ਜਾਏ ਹਜੇ ਤੇ ਮਹਿੰਦੀ ਨਹੀਂ ਲੱਤੀ ਹੱਥਾਂ ਦੀ ਤਾਂ ਤੁਸੀਂ ਕਹਿੰਦੇ ਬਾਏ ਬਾਏ ਅਗਲਾ ਚੋਣ ਸਿੱਧੂ ਦੇ ਨੇਤ੍ਰਿਤਵ ਮੈਂ ਲੜਾਂਗੇ। दलित ਭਾਈਚਾਰੇ ਦਾ અપમાન ਕਰਨਾ ਚਾਹੁੰਦੇ ਹੋ ਸੱਤ ਦਸ਼ਕ ਪੰਜਾਬ ਦੇ ਦਲਿਤ ਨੂੰ ਤੁਸੀਂ ਦਬਾ ਕੇ ਰੱਖਿਆ ਅੱਜ ਜੇ ਵਕਤ ਆਇਆ ਤਾਂ ਉਸ ਦਲਿਤ ਭਾਈਚਾਰੇ ਦਾ અપમાન ਕੀਤਾ ਜਾ ਰਿਹਾ ਹੈ ਦਰਵਾਕ ਦੇ ਪਰ ਉਹਨਾਂ ਕਾਂਗਰਸ ਨੂੰ ਬਹੁਤ ਮਹਿੰਗਾ ਪਵੇਗਾ ਨਵਜੋਤ ਸਿੰਘ ਸਿੱਧੂ ਨੂੰ ਬਹੁਤ ਮਹਿੰਗਾ ਪਵੇਗਾ ਹਾਲਾਤ ਕੀ ਪੰਜਾਬ ਦੇ ਕਿ ਪੰਜਾਬ ਦੇ ਅੰਦਰ ਅੱਜ ਸੈਂਟਰ ਪੁਆਇੰਟ ਕੌਣ ਹੈ ਕਾਂਗਰਸ ਨਹੀਂ ਸੋਨੀਆ ਗਾਂਧੀ ਨਹੀਂ ਰਾਹੁਲ ਗਾਂਧੀ ਨਹੀਂ ਪਲੇਖਾ ਉਹਨਾਂ ਨੂੰ ਆ ਸੈਂਟਰ ਪੁਆਇੰਟ ਪੰਜਾਬ ਦਾ ਕੌਣ ਪਾਕਿਸਤਾਨ ਦੇ ਨੇੜੇ ਕੌਣ ਆਈਐਸ ਸੈਦ ਦੇ ਨੇੜੇ ਕੌਣ ਤਸਕਰੀ ਕਰਾਂਦਾ ਰਿਹਾ ਕਿੱਥੇ ਚਲੇਗੀ ਪੰਜਾਬ ਦੀ ਕਾਂਗਰਸ ਬਾਰਡਰ ਸਟੇਟ ਹੈ ਆਂਤ੍ਰਿਕ ਸੁਰੱਖਿਆ ਬਾਹਰੀ ਸੁਰੱਖਿਆ ਨੂੰ ਖਤਰਾ ਪੈਦਾ ਕੌਣ ਕਰ ਰਿਹਾ ਹੈ ਅੱਜ ਕਾਂਗਰਸੀ ਲੀਡਰਸ਼ਿਪ ਕਰ ਰਹੀ ਹੈ ਮੁਹੰਮਦ ਮੁਸਤਾਫਾ ਦੇ ਬਿਆਨ ਨੂੰ ਕਿਵੇਂ ਦੇਖਦੇ ਅਰੇ ਮੈਂ ਤਾਂ ਸਮਝ ਰਹਾ ਹਾਂ ਕਿ ਕਿਉਂ ਨਹੀਂ ਬਤਾਨਾ ਚਾਹਤੇ ਕਿਉਂ ਨਹੀਂ ਦੱਸਣਾ ਚਾਹੁੰਦੇ ਮੁਸਤਫਾ ਸਾਹਿਬ ਦੱਸੋ ਨਾ ਤੁਹਾਡ ਕੋ ਕੜੇ ਰਾਜ ਨੇ ਰਾਜ ਜਨਤਾ ਚ ਆਨੇ ਚਾਹੀਦੇ ਰਾਜ ਖੁੱਲਨੇ ਚਾਹੀਦੇ ਰਾਜ ਦਿਸਨੇ ਚਾਹੀਦੇ ਆ ਕੌਣ ਲੋਕ ਪੰਜਾਬ ਦੀ ਸ਼ਾਂਤੀ ਨੂੰ ਖਤਰਾ ਹੈ ਉਹਨਾਂ ਦਾ ਪਰਦਾ ਹਟਣਾ ਚਾਹੀਦਾ ਲੇਕਿਨ ਜਿਸ ਤਰੀਕੇ ਸੇ ਕੈਪਟਨ ਅਮਰਿੰਦਰ ਸਿੰਘ ਅਬ ਬਾਹਰ ਹੋ ਗਏ ਹੈ ਕਈ ਨਾ ਕਈ ਨਾਰਾਜ਼ ਵੀ ਹੈ ਬੀਜੇਪੀ ਮੇ ਆਏਗੇ ਤੋ ਸਵਾਗਤ ਕਰੇਗੇ ਭਾਈ ਸਾਹਿਬ ਅੱਜ ਤੇ ਸੋਚ ਚੁੱਕ ਲੈਂਦੇ ਹੋ ਸੋਚ ਚੁੱਕ ਲੈਂਦੇ ਹੋ ਔਰ ਪੰਜਾਬ ਦੇ ਵਿੱਚ ਹਾਲਾਤ ਕੀ ਸਾਰੀ ਦੀ ਸਾਰੀ ਕਾਂਗਰਸ ਨਿਰਾਸ਼ ਅਤਾਸ਼ ਸਿੱਧੂ ਨੂੰ ਪੁੱਛੋ ਨਾਰਾਜ਼ ਹੈ ਰੰਦਾਵਾ ਨਾਰਾਜ਼ ਹੈ ਬਾਜਵਾਜ਼ ਨਾਰਾਜ਼ ਹੈ ਟੋਟਲ ਕਾਂਗਰਸ ਨਾਰਾਜ਼ ਹੈ